ਦੀ ਨੋਕ 'ਤੇ ਪੈਟਰੋਲ ਪੰਪ ਤੋਂ ਗੱਡੀ ਵਿੱਚ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਭੱਜੇ ਪੰਜ ਨੌਜਵਾਨਾਂ ਨੂੰ ਚੋਰੀ ਦੀ ਗੱਡੀ ਅਤੇ ਤੇਜ਼ ਧਾਰ ਹਥਿਆਰਾਂ ਸਮੇਤ ਪੁਲਿਸ ਨੇ 24 ਘੰਟਿਆਂ ਵਿੱਚ ਕੀਤਾ ਕਾਬੂ। ਪਹਿਲਾਂ ਵੀ ਕਈ ਕੇਸ ਹਨ ਦਰਜ। ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਣ ਦੇ ਦੜਾਵਾਲੀ ਪੈਟਰੋਲ ਪੰਪ ਤੋਂ ਬੀਤੀ ਦੁਪਹਿਰ 2 ਵਜੇ ਪਿਸਤੌਲ ਦੀ ਨੋਕ 'ਤੇ ਗੱਡੀ ਵਿੱਚ 2000 ਦਾ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋਏ ਪੰਜ ਨੌਜਵਾਨਾਂ ਨੂੰ ਥਾਣਾ ਘੁਮਾਣ ਦੀ ਪੁਲਿਸ ਟੀਮ ਨੇ 24 ਘੰਟਿਆਂ 'ਚ ਚੋਰੀ ਦੀ ਗੱਡੀ ਅਤੇ ਤੇਜ਼ ਧਾਰ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। DSP ਰਜੇਸ਼ ਕੱਕੜ ਨੇ ਦੱਸਿਆ ਕਿ ਇਹਨਾਂ 5 ਨੌਜਵਾਨਾਂ ਨੂੰ ਕਾਬੂ ਕਰਦੇ ਹੋਏ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਹ ਨੌਜਵਾਨ ਦੂਸਰੇ ਜ਼ਿਲ੍ਹੇ ਵਿੱਚੋਂ ਆਣ ਕੇ ਇੱਥੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਉੱਤੇ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਗੁਰਮੀਤ ਸਿੰਘ, ਇੱਥੇ ਪੈਟਰੋਲ ਪੰਪ ਦੇ ਬਤੌਰ ਮੈਨੇਜਰ ਅਤੇ ਸੇਲਮੈਨ ਦਾ ਕੰਮ ਕਰਦਾ ਅਤੇ ਕੱਲ੍ਹ ਮਿਤੀ 7 ਅਗਸਤ ਨੂੰ ਕਰੀਬ 2 ਵਜੇ ਨਾਲ ਇੱਕ ਸਵਿਫਟ ਕਾਰ ਚਿੱਟੇ ਰੰਗ ਦੀ ਆਈ। ਉਹਨਾਂ ਨੇ ਮੈਨੂੰ 2000 ਰੁਪਏ ਦਾ ਤੇਲ ਪਾਉਣ ਲਈ ਕਿਹਾ। ਮੈਂ 2000 ਦਾ ਪੈਟਰੋਲ ਉਹਨਾਂ ਦੀ ਗੱਡੀ 'ਚ ਪਾਇਆ। ਪੈਟਰੋਲ ਪਾ ਕੇ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਅਤੇ ਗੱਡੀ ਭਜਾ ਕੇ ਉਹ ਪੰਪ ਚਲੇ ਗਏ। ਉਸ ਤੋਂ ਬਾਅਦ ਮੈਂ ਸੰਬੰਧਿਤ ਥਾਣਾ ਘੁਮਾਣ ਸਾਨੂੰ ਹੈਗਾ ਵਾ, ਮੈਂ ਉੱਥੇ ਆਪਣੀ ਕੰਪਲੇਂਟ ਦਿੱਤੀ। ਕੰਪਲੇਂਟ ਦੇ ਮੇਰੇ ਅਕੋਰਡਿੰਗ ਉਹਨਾਂ ਨੇ ਕਾਰਵਾਈ ਕਰਦੇ ਆ, ਜਿਹੜੇ ਆ ਉਹ 5 ਦੇ 5 ਹੀ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰਦੇ ਆ। ਕਿਉਂਕਿ ਸਾਨੂੰ ਪੁਲਿਸ 'ਤੇ ਵਿਸ਼ਵਾਸ ਆ, ਪ੍ਰਸ਼ਾਸਨ 'ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਅਤੇ ਇਹੋ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖ਼ਤ ਕਾਰਵਾਈ ਕਰਨਗੇ। ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਮਾਣਯੋਗ SSP ਬਟਾਲਾ ਦੀ ਸਖ਼ਤ ਦਿਸ਼ਾ ਨਿਰਦੇਸ਼ ਥੱਲੇ ਭੈੜੇ ਪੁਰਸ਼ਾਂ ਦੇ ਖਿਲਾਫ਼ ਜਿਹੜੀ ਮੁਹਿੰਮ ਛੇੜੀ ਗਈ ਆ ਉਸਨੂੰ ਬਲ ਮਿਲਿਆ ਜਦੋਂ SHO ਘੁਮਾਣ ਅਤੇ ਉਹਨਾਂ ਦੀ ਟੀਮ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਸਮੇਤ ਦਾਤਰ 2 ਦਾਤਰ ਹੈ, 1 ਉਹਨਾਂ ਕੋਲ ਡਾਂਗ ਅਤੇ 1 ਸਵਿਫਟ ਕਾਰ ਹੈ ਜਿਹੜੀ ਪਤਾ ਉਹ ਚੋਰੀ ਦੀ, ਜਿਹੜੀ ਉਹਨਾਂ ਥਾਣੇ ਜਿਹਦੇ ਖਿਲਾਫ਼ ਪ੍ਰੋਟੈਸਟ ਹੋਇਆ ਥਾਣੇ ਝਬਾਲ। ਉਹਨਾਂ ਨੇ ਇੱਕ ਸਾਡੇ ਇੱਥੇ ਦੜੇਵਾਲੀ ਪੰਪ ਤੋਂ ਤੇਲ ਪਵਾ ਕੇ ਅਤੇ ਪੈਸੇ ਨਾ ਦੇ ਕੇ, ਉਹ ਖੋਹ ਪੈਸੇ ਨਾ ਦੇ ਕੇ ਅਤੇ ਉਹਦੀ ਤੇਲ ਦੀ ਖੋਹ ਕਰਕੇ ਉੱਥੋਂ ਭੱਜ ਗਏ ਸੀ, ਜਿਨ੍ਹਾਂ ਨੂੰ ਬੜੀ ਮੁਸ਼ਕਤ ਨਾਲ ਸਾਡੀ ਟੀਮ ਨੇ ਗ੍ਰਿਫਤਾਰ ਕੀਤਾ। ਇਹ 5 ਬੰਦੇ ਨੇ ਜਿਨ੍ਹਾਂ 'ਤੇ ਪਹਿਲਾਂ ਵੀ ਲੁੱਟਾਂ ਦੇ, ਖੋਹਾਂ ਦੇ ਅਤੇ ਐਂਡ ਦੇ ਪਰਚੇਸਟਰ ਨੇ। ਸਰ ਜਿਹੜੇ ਦੋਸ਼ੀ ਨੇ ਕਿਹੜੇ ਕਿਹੜੇ ਪਿੰਡ ਦੇ ਨੇ, ਆਪਣੇ ਜ਼ਿਲ੍ਹੇ ਦੇ ਆ ਜਾਂ ਦੂਸਰੇ ਜ਼ਿਲ੍ਹੇ ਦੇ? ਨਹੀਂ, ਇਹ 5 ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਹੈਗੇ, ਇਹ ਪੱਟੀ, ਤਰਸਿੱਕਾ, ਕੱਥੂ ਨੰਗਲ ਅਤੇ ਮੱਤੇਵਾਲ ਨੂੰ ਬਿਲੋਂਗ ਕਰਦੇ ਨੇ। ਸਰ ਇੱਧਰ ਇਹ ਕੋਈ ਕੰਮ ਕਾਰ ਕਰਦੇ ਜਾਂ ਸਪੈਸ਼ਲੀ ਕੋਈ ਇੱਧਰੋਂ ਲੁੱਟਾਂ ਖੋਹਾਂ ਕਰਨੀ ਆਉਂਦੇ? ਜਿਸ ਤਰ੍ਹਾਂ ਦਾ ਹੁਣ ਦੀ ਤਫਤੀਸ਼ ਤੱਕ ਪਤਾ ਲੱਗਦਾ ਇਹ ਜ਼ਰੂਰ ਕਿਸੇ ਨਾ ਕਿਸੇ ਲੁੱਟ ਖੋਹ ਦੀ ਮਾਰ ਨਾਲ ਇੱਥੇ ਆਏ ਹੋਣਗੇ ਅਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ, ਜਿਨ੍ਹਾਂ ਤੋਂ ਅਸੀਂ ਗ੍ਰਿਫਤਾਰ ਕੀਤਾ, ਉਹਨਾਂ ਨੂੰ ਪੇਸ਼ ਦੱਸ ਕਰਕੇ ਵਾਰੰਟ ਲਿਆ, ਪੁਲਿਸ ਮਾਨ ਲਿਆ, ਜਿਹਦੀ ਅਗਾਂਹ ਉੱਤੇ ਤਫਤੀਸ਼ ਕਰਨ ਜਾ ਰਹੇ। ਸਰ ਇਹਨਾਂ ਦੀ ਬੈਕਗ੍ਰਾਊਂਡ ਕੀ ਹੈ, ਕ੍ਰਿਮੀਨਲ ਆ ਜਾਂ? ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਨਾਂ ਦੇ ਆਲਰੇਡੀ 5 ਤੋਂ 3 ਬੰਦਿਆਂ ਉੱਤੇ ਲੁੱਟਾਂ ਖੋਹਾਂ ਦੇ ਅਤੇ ਐਂਡੀ ਦੇ ਪਰਚੇਸਟਰ ਨੇ।